ਪਹਿਲਾਂ ਤਾਂ ਤੁਹਾਡਾ ਸਾਰਿਆਂ ਦੇ ਇੱਥੇ ਆਉਣ 'ਤੇ ਧੰਨਵਾਦ, ਔਰ ਹੱਥ ਜੋੜ ਕੇ ਨਮਸਕਾਰ ਕਰਦਾ, ਔਰ ਗੁਰੂ ਦੀ ਨਗਰੀ ਦੇ ਵਾਸੀਆਂ ਨੂੰ ਸਾਰਿਆਂ ਨੂੰ ਨਮਸਕਾਰ ਕਰਦਾ ਕਿ ਉਹਨਾਂ ਨੇ ਅਭਿਸ਼ੇਕ ਨੂੰ ਬਹੁਤ ਅਸ਼ੀਰਵਾਦ ਦਿੱਤਾ। ਔਰ ਮੈਂ ਕੱਲ੍ਹ ਜਿਹੜਾ ਦਿਨ ਸੀ, ਬੜਾ ਖੁਸ਼ੀਆਂ ਔਰ ਭਾਗਾਂ ਵਾਲਾ ਦਿਨ ਸੀ ਕਿ ਅਭਿਸ਼ੇਕ ਨੇ ਕੱਲ੍ਹ ਸੈਂਚਰੀ ਮਾਰੀ, ਔਰ ਇੰਟਰਨੈਸ਼ਨਲ ਲੈਵਲ 'ਤੇ ਸੈਂਚਰੀ ਮਾਰਨਾ ਇੱਕ ਹਰ ਇੱਕ ਦਾ ਖਾਬ ਹੁੰਦਾ ਕਿ ਮੈਂ 100 ਕਰਾਂ, ਹਰ ਬੈਟਸਮੈਨ ਦਾ। ਲੇਕਿਨ ਕੱਲ੍ਹ ਉਹਨੇ ਬੜੀ ਫਾਸਟ ਸੈਂਚਰੀ ਮਾਰੀ ਹੈ, ਔਰ ਅਸੀਂ ਬੜੇ ਖੁਸ਼ ਹਾਂ, ਔਰ ਥੈਂਕਸ ਕਰਦੇ ਹਾਂ ਸਾਰਿਆਂ ਨੇ ਅਸ਼ੀਰਵਾਦ ਦਿੱਤਾ। ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਕਿ ਪਹਿਲਾ ਮੈਚ 'ਤੇ 0 ਅਤੇ ਦੂਸਰੇ ਮੈਚ 100, ਆਪਣਾ ਖਾਤਾ ਵੀ 6 ਮਾਰ ਕੇ ਖੋਲਿਆ? ਹਾਂਜੀ, ਉਹ ਕੱਲ੍ਹ ਜਦੋਂ ਪਹਿਲਾ ਮੈਚ ਹੋਇਆ ਅਤੇ 0 ਅਤੇ ਆਊਟ ਹੋਇਆ, ਔਰ ਬੜਾ ਮਨ ਥੋੜ੍ਹਾ ਜਿਹਾ ਉਦਾਸ ਹੋ ਗਿਆ ਸੀ ਕਿ ਇੰਨੀ ਮਿਹਨਤ ਕਰਕੇ ਅਭਿਸ਼ੇਕ ਅੱਜ ਇਸ ਪੋਜੀਸ਼ਨ 'ਤੇ ਪਹੁੰਚਿਆ, ਔਰ ਮੈਂ ਕਹਿੰਦਾ ਰਾਤ ਦਿਨ ਇੱਕ ਕੀਤਾ ਸੀ ਉਸ ਮੰਜ਼ਿਲ 'ਤੇ ਪਹੁੰਚਣ ਵਾਸਤੇ। ਜਦੋਂ 0 ਅਤੇ ਆਊਟ ਹੋਇਆ ਤਾਂ ਮੇਰਾ ਤਾਂ ਥੋੜ੍ਹਾ ਮਨ ਬੜਾ ਖਰਾਬ ਹੋਇਆ, ਔਰ ਰਾਤ ਤੱਕ ਦਿਲ ਥੋੜ੍ਹਾ ਉਦਾਸ ਰਿਹਾ ਅਤੇ ਵੀ ਯਾਰ ਇਹ ਭਗਵਾਨ ਨੇ ਕੀ ਕੀਤਾ। ਲੇਕਿਨ ਭਗਵਾਨ ਨੇ ਅਗਲੇ ਦਿਨ ਹੀ ਖੁਸ਼ੀ ਰੱਖੀ ਸੀ, ਇਸ ਕਰਕੇ ਇਹ ਮਹਾਰਾਜ ਦਾ ਉਹੋ ਹੀ ਜਾਣੇ, ਉਹਨਾਂ ਦੇ ਸਾਰਾ ਆਸ਼ੀਰਵਾਦ ਹੈ। ਅਤੇ ਕਿਸ ਤਰ੍ਹਾਂ ਦਾ ਲੱਗਦਾ ਕਿ ਪਹਿਲੇ ਕੋਚ ਤੁਸੀਂ ਜੇ ਅੰਡਰ 19 ਦੇ ਵਿੱਚ ਜਦੋਂ ਇਹਦੀ ਏਸ਼ੀਆ ਕੱਪ ਲਈ ਚੁਣਿਆ ਗਿਆ, ਕੈਪਟਨ ਬਣਾ ਕੇ ਘੱਲਿਆ ਗਿਆ, ਜਿੱਤ ਕੇ ਵੀ ਲਿਆਏ, ਰਾਹੁਲ ਡਰਾਈਵਰ ਕੋਚ ਹੀ, ਰਾਹੁਲ ਡਰਾਈਵਰ ਦਾ ਕਿੰਨਾ ਕੁ ਐਕਸਪੀਰੀਅੰਸ ਇਹਨਾਂ ਨੂੰ ਉਹਨਾਂ ਨੇ ਦਿੱਤਾ ਆਪਣਾ? ਦੇਖੋ ਜੀ, ਰਾਹੁਲ ਡਰਾਈਵਰ ਸਾਹਿਬ ਦਾ ਬੜਾ ਯੋਗਦਾਨ ਹੈ ਇਹਨਾਂ 'ਤੇ, ਔਰ ਇਹ ਜਦੋਂ ਅੰਡਰ 16 'ਚ ਉਹਨਾਂ ਦੇ ਕੋਲ ਗਿਆ ਸੀ NCA 'ਚ, ਔਰ ਉਹਨਾਂ ਦੇ ਆਪਣੇ ਕੋਲ ਹੀ ਰੱਖਿਆ, ਆਪਣੇ ਕੋਲ ਟ੍ਰੇਨਿੰਗ ਕਰਵਾਈ, ਉਹਨਾਂ ਦਾ ਬੜਾ ਯੋਗਦਾਨ ਆ। ਫਿਰ ਉਹਨਾਂ ਨੇ ਅੰਡਰ 19 ਇਹਨੂੰ ਇੰਡੀਆ ਰੈੱਡ ਦਾ ਕਪਤਾਨ ਬਣਾਇਆ, ਔਰ ਉਹ ਇੰਡੀਆ ਰੈੱਡ ਵੀ ਜਿੱਤੀ। ਫਿਰ ਉਹਨਾਂ ਨੇ ਏਸ਼ੀਆ ਕੱਪ ਸ਼੍ਰੀਲੰਕਾ 'ਚ ਹੋਇਆ, ਉਹਦੀ ਇੰਡੀਆ ਦਾ ਕਪਤਾਨ ਬਣਾਇਆ, ਉਹ ਵੀ ਉੱਥੋਂ ਏਸ਼ੀਆ ਤੋਂ ਵੀ ਜਿੱਤ ਕੇ ਆਏ ਸ਼੍ਰੀਲੰਕਾ 'ਚ ਏਸ਼ੀਆ ਕੱਪ ਵੀ, ਔਰ ਮੈਨ ਆਫ ਦੀ ਸੀਰੀਜ਼ ਰਿਹਾ ਸੀ। ਫਿਰ ਇੰਗਲੈਂਡ ਟੂਰ ਕਰਨ ਗਏ ਅੰਡਰ 19 ਦਾ, ਉੱਥੇ ਵੀ ਇਹ 5 ਮੈਚ ਜਿੱਤ ਕੇ ਆਏ। ਫਿਰ ਇਸ ਤਰ੍ਹਾਂ ਰਾਹੁਲ ਡਰਾਈਵਰ ਸਾਹਿਬ ਦਾ ਬਹੁਤ ਦੇਣ ਹੈ ਕਿ ਉਹਨਾਂ ਨੇ ਇਹਨੂੰ ਬੜਾ ਅੱਛੇ ਤਰੀਕੇ ਨਾਲ ਆਪਣਾ ਐਕਸਪੀਰੀਅੰਸ ਦਿੱਤਾ, ਔਰ ਆਪਣੇ NCA 'ਚ ਕੋਲ ਰੱਖ ਕੇ ਬੜੀ ਪ੍ਰੈਕਟਿਸ ਕਰਾਈ ਹੈ। IPL ਦੇ ਮੈਚਾਂ ਦੇ ਵਿੱਚ ਜਦੋਂ ਵੀ ਅਭਿਸ਼ੇਕ ਦੀ ਬੈਟਿੰਗ ਦੀ ਗੱਲ ਹੁੰਦੀ ਸੀ ਤਾਂ ਨਵਜੋਤ ਸਿੰਘ ਸਿੱਧੂ ਜਿੰਨੀ ਵਾਰੀ ਅਭਿਸ਼ੇਕ ਦਾ ਨਾਮ ਲੈਂਦੇ ਸੀ ਉੱਥੇ ਉੱਨੀ ਵਾਰੀ ਤੁਹਾਡਾ ਨਾਮ ਲੈਂਦੇ ਸੀ ਕਿ ਉਹ ਮੇਰਾ ਮਿੱਤਰ ਆ, ਉਹਦਾ ਇਹ ਪੁੱਤਰ ਆ ਅਤੇ ਬਹੁਤ ਟੈਲੈਂਟ ਆ, ਕਿਉਂਕਿ ਉਹ ਪਹਿਲੀ ਵਾਰੀ ਜਦੋਂ ਲੈ ਕੇ ਆਏ ਅਤੇ ਉਹ ਮੇਰੇ ਕੋਲ ਅਭਿਸ਼ੇਕ ਨੂੰ ਜ਼ਰੂਰ ਲੈ ਕੇ ਆਏ ਸੀ, ਅਤੇ ਕੀ ਕਹਿਣਾ ਚਾਹੁੰਦੇ? ਨਵਜੋਤ ਸਿੰਘ ਸਿੱਧੂ ਨਜਾਇਜ਼ ਕਿਸੇ ਦੀ ਤਾਰੀਫ ਨਹੀਂ ਕਰਦੇ। ਦੇਖੋ ਜੀ, ਸਿੱਧੂ ਸਾਹਿਬ ਆਪ ਬੜੇ ਵੱਡੇ ਪਲੇਅਰ ਸੀ, ਉਹ ਹਿੰਦੁਸਤਾਨ ਦੇ ਬੜੇ ਓਪਨਰ ਬੈਟਸਮੈਨ ਸੀ, ਔਰ ਉਹ ਅੰਮ੍ਰਿਤਸਰ 'ਚ MP ਸੀ, ਅਤੇ ਮੈਂ ਅਕਸਰ ਉਹਨਾਂ ਨੂੰ ਮਿਲਣ ਜਾਂਦਾ ਰਹਿੰਦਾ ਸੀ। ਉਹ ਵੀ ਮੇਰਾ ਉਹਨਾਂ ਦਾ ਮਿੱਤਰਤਾ ਸੀ, ਕਿਉਂ ਅਸੀਂ ਇਕੱਠੇ ਖੇਡੇ ਹੋਏ ਆ, ਔਰ ਉਹ ਮੈਂ ਉਹਨਾਂ ਨੂੰ ਕਹਿਣਾ ਵੀ ਮੇਰਾ ਬੇਟਾ ਖੇਡ ਰਿਹਾ ਛੋਟਾ ਜਿਹਾ, ਮੈਨੂੰ ਕਹਿੰਦੇ ਤੂੰ ਇੰਨਾ ਲੇਟ ਘੁਆਉਣਾ ਮੇਰੇ ਕੋਲ, ਅਤੇ ਮੈਂ ਕਿਹਾ ਜੀ ਭਾਅ ਜੀ ਉਹ ਮੈਂ ਅਭਿਸ਼ੇਕ ਨੂੰ ਪ੍ਰੈਕਟਿਸ ਕਰਾ ਰਿਹਾ ਅਤੇ ਤੁਸੀਂ ਕਿਸੇ ਦਿਨ ਦੇਖੋ, ਉਹ ਬੜਾ ਵਧੀਆ ਖੇਡਦਾ। ਕਹਿੰਦੇ ਅੱਛਾ ਮੈਂ ਦੇਖਾਂਗਾ, ਲੇਕਿਨ ਸਮਾਂ ਨਹੀਂ ਮਿਲ ਪਾਇਆ ਉਹਨਾਂ ਨੂੰ, ਇਹ ਛੋਟਾ ਜਿਹਾ ਸੀ, ਉਹਨਾਂ ਦਾ MP ਸੀ ਉਦੋਂ, ਉਹਨਾਂ ਦਾ ਬੜਾ ਸਮਾਂ ਬੜਾ ਕੀਮਤੀ ਸੀ, ਹਰ ਟਾਈਮ ਬਿਜ਼ੀ ਰਹਿੰਦੇ ਸੀ, ਉਹ ਦੇਖ ਨਹੀਂ ਪਾਏ। ਔਰ ਜਦੋਂ ਉਹਨਾਂ ਨੂੰ IPL 'ਚ ਪਤਾ ਲੱਗਾ ਵੀ ਅਭਿਸ਼ੇਕ ਮੇਰਾ ਬੇਟਾ ਹੈ, ਅਤੇ ਉਹਨਾਂ ਨੂੰ ਮਨ 'ਚ ਬੜੀ ਖੁਸ਼ੀ ਹੋਈ, ਉਹਨਾਂ ਨੇ ਮੈਨੂੰ ਵਧਾਈ ਵੀ ਕਰੀ, ਔਰ ਨਵਜੋਤ ਸਿੰਘ ਸਿੱਧੂ ਜੀ ਦਾ ਵੀ ਬਹੁਤ ਥੈਂਕਸ ਕਿ ਉਹਨਾਂ ਨੇ ਅਭਿਸ਼ੇਕ ਨੂੰ ਵੀ ਬਹੁਤ ਪਿਆਰ ਔਰ ਆਸ਼ੀਰਵਾਦ ਦਿੱਤਾ। ਅਤੇ ਯੁਵਰਾਜ ਸਿੰਘ ਦੇ ਨਾਲ ਇਹਨਾਂ ਦੀ ਕਾਫੀ ਵੀਡੀਓ ਨਾ ਸੋਸ਼ਲ ਮੀਡੀਆ ਦਾ ਵਾਇਰਲ ਹੁੰਦੀ ਹੈ, ਕਿੰਨਾ ਕੁ ਯੋਗਦਾਨ ਹੈ ਯੁਵਰਾਜ ਸਿੰਘ ਦਾ ਇਹਨਾਂ ਵੱਲੋਂ?
ਦੇਖੋ ਜੀ, ਯੁਵਰਾਜ ਸਿੰਘ ਜੀ ਦਾ ਤਾਂ ਬਹੁਤ ਯੋਗਦਾਨ ਹੈ, ਔਰ ਜਿੰਨੀ ਵੀ ਟ੍ਰੇਨਿੰਗ ਕਰਾਈ ਹੈ ਯੁਵਰਾਜ ਸਿੰਘ ਜੀ ਨੇ ਕਰਾਈ ਹੈ। ਅਭਿਸ਼ੇਕ ਉਹਨਾਂ ਨੂੰ ਰਣਜੀ ਟਰੋਫੀ 'ਚ ਮਿਲਿਆ ਸੀ, ਔਰ ਰਣਜੀ ਟਰੋਫੀ 'ਚ ਜਦੋਂ ਉਹਦੇ ਨਾਲ ਬੈਟਿੰਗ ਉਹਨਾਂ ਦੇ ਨਾਲ ਕਰ ਰਿਹਾ ਸੀ ਅਤੇ ਅਭਿਸ਼ੇਕ ਮੈਨੂੰ ਕਹਿੰਦਾ ਸੀ ਪਾਪਾ ਮੈਂ ਤਾਂ ਭਾਅ ਜੀ ਨੂੰ ਦੇਖਦਾ ਹੀ ਰਿਹਾ ਉਹਨਾਂ ਦੀ ਬੈਟਿੰਗ। ਪਰ ਮੈਨੂੰ ਜਦੋਂ ਯੁਵਰਾਜ ਸਿੰਘ ਜੀ ਮਿਲੇ ਉਹਨਾਂ ਨੇ ਮੈਨੂੰ ਕਿਹਾ ਵੀ ਮੈਂ ਜਦੋਂ ਮੇਰੇ ਨਾਲ ਬੈਟਿੰਗ ਕਰ ਰਿਹਾ ਸੀ ਮੈਨੂੰ ਐਂ ਲੱਗ ਰਿਹਾ ਸੀ ਜਿੱਦਾਂ ਮੈਂ ਹੀ ਸਾਹਮਣੇ ਖੇਡਦਾ ਪਿਆ, ਔਰ ਕਹਿੰਦਾ ਇਹਦਾ ਇੰਨਾ ਟੈਲੈਂਟ ਦੇਖ ਕੇ ਮੈਨੂੰ ਇੰਨਾ ਮਨ ਨੂੰ ਅੱਛਾ ਲੱਗਾ ਅਤੇ ਮੈਂ ਇਹਨੂੰ ਬਾਹਰ ਆ ਕੇ ਕਿਹਾ ਵੀ ਇਹ ਤਾਂ ਆਉਣ ਵਾਲੇ ਟਾਈਮ 'ਚ ਬੜਾ ਅੱਛਾ ਪਲੇਅਰ ਬਣਨਾ, ਔਰ ਮੈਨੂੰ ਇਹ ਆਪਣਾ ਬਚਪਨ ਨਜ਼ਰ ਆ ਰਿਹਾ ਇਹਦੇ ਵਿੱਚ, ਔਰ ਮੈਂ ਅਭਿਸ਼ੇਕ ਤੈਨੂੰ ਟ੍ਰੇਨਿੰਗ ਕਰਾਵਾਂਗਾ ਤੂੰ ਮੇਰੇ ਕੋਲ ਕਰੇਗਾ। ਅਤੇ ਅਭਿਸ਼ੇਕ ਨੇ ਕਿਹਾ ਭਾਅ ਜੀ ਮੇਰੇ ਆਈਡੀਅਲ ਹੀ ਤੁਸੀਂ ਹੋ, ਮੇਰੇ ਭਗਵਾਨ ਹੀ ਤੁਸੀਂ ਹੋ, ਮੈਂ ਤਾਂ ਮੰਨਦਾ ਹੀ ਤੁਹਾਨੂੰ ਹਾਂ, ਤੁਹਾਡੇ ਮੈਂ ਹੀ ਵੇਖ ਵੇਖ ਕੇ ਅੱਗੇ ਵਧਿਆ, ਅਤੇ ਅਗਰ ਤੁਸੀਂ ਮੈਨੂੰ ਟ੍ਰੇਨਿੰਗ ਕਰਾਓਗੇ ਇਸ ਤੋਂ ਉੱਪਰ ਹੋਰ ਕੀ ਹੋ ਸਕਦਾ। ਔਰ ਯੁਵਰਾਜ ਸਿੰਘ ਜੀ ਨੇ ਫਿਰ ਉਸ ਤੋਂ ਬਾਅਦ ਅਭਿਸ਼ੇਕ ਨੂੰ ਆਪਣੇ ਨਾਲ ਹੀ ਰੱਖਿਆ, ਆਪਣੇ ਨਾਲ ਟ੍ਰੇਨਿੰਗ ਕਰਾਈ, ਔਰ ਉਹਨਾਂ ਦੀ ਟੀਮ ਹੈ ਪੂਰੀ, ਔਰ ਹਿੰਦੁਸਤਾਨ 'ਚ ਵਰਲਡ ਲੈਵਲ 'ਤੇ ਉਹਨਾਂ ਕੋਲ ਟੀਮ ਹੈ ਜਿਹੜੀ ਉਹਨਾਂ ਨੂੰ ਖੁਦ ਟ੍ਰੇਨਿੰਗ ਕਰਾਉਂਦੀ ਸੀ, ਉਹ ਟੀਮ ਸਾਰੀ ਇਹਨਾਂ ਨੇ ਆਪਣੇ ਲਾਈ। ਉਹਨਾਂ ਦੇ ਮੈਨੇਜਰ ਸੀ ਅਨੀਸ਼ ਗੌਤਮ ਜੀ, ਉਹਨਾਂ ਨੂੰ ਨਾਲ ਲਾ ਕੇ ਉਹਨਾਂ ਨੇ ਕਿਹਾ ਜੀ ਅਭਿਸ਼ੇਕ ਦਾ ਧਿਆਨ ਤੁਸੀਂ ਰੱਖਣਾ, ਔਰ ਉਹਨਾਂ ਨੇ ਆਪਣੇ ਜਿੰਨੇ ਕੋਚਿਸ ਜਿੰਨੇ ਜਿੱਦਾਂ ਇਹਦਾ ਸ਼ਡਿਊਲ ਬਣ ਕੇ ਆਉਂਦਾ ਸੀ ਉੱਦਾਂ ਹੀ ਪ੍ਰੈਕਟਿਸ ਕਰਦਾ ਸੀ। ਕੋਈ ਜਿਮ ਕਰਾ ਰਿਹਾ, ਕੋਈ ਰਨਿੰਗ ਕਰਾ ਰਿਹਾ, ਕੋਈ ਸਵਿਮਿੰਗ ਕਰਾ ਰਿਹਾ, ਕੋਈ ਮੈਡੀਟੇਸ਼ਨ ਕਰਾ ਰਿਹਾ, ਕੋਈ ਬੈਟਿੰਗ ਕਰਾ ਰਿਹਾ, ਕੋਈ ਬੋਲਿੰਗ ਕਰਾ ਰਿਹਾ, ਇਸ ਤਰ੍ਹਾਂ ਕਰਦੇ ਕਰਦੇ ਇਹਦਾ ਸਾਰਾ ਦਿਨ ਬੀਤ ਜਾਂਦਾ ਸੀ। ਔਰ ਯੁਵਰਾਜ ਸਿੰਘ ਜੀ ਖੁਦ ਇਹਨੂੰ ਟ੍ਰੇਨਿੰਗ ਬੜੀ ਕਰਾਉਂਦੇ ਸੀ, ਆਪ ਇਹਨੂੰ ਆਪ ਜਿੱਥੇ ਵੀ ਹੁੰਦੇ ਸੀ ਇਹਨੂੰ ਉੱਥੇ ਆਪਣੇ ਕੋਲ ਬੁਲਾ ਲੈਂਦੇ ਸੀ, ਉੱਥੇ ਬੈਟਿੰਗ ਕਰਾਉਣੀ, ਇਹਦੀ ਇੱਕ ਇੱਕ ਚੀਜ਼ ਬਰੀਕਰੀ ਹਰ ਚੀਜ਼ ਦੱਸਣੀ ਵੀ ਕਿਹੜੀ ਸ਼ੋਟ ਕਿੱਧਰ ਜਾਣੀ ਚਾਹੀਦੀ ਹੈ, ਕਿਸ ਲੈਵਲ 'ਤੇ ਜਾਣੀ ਚਾਹੀਦੀ ਹੈ, ਔਰ ਉਹਨਾਂ ਦਾ ਇੰਨਾ ਯੋਗਦਾਨ ਹੈ। ਤਦ ਹੀ ਇੰਟਰਨੈਸ਼ਨਲ ਲੈਵਲ 'ਤੇ ਉਹਨਾਂ ਨੇ ਆਪਣਾ ਐਕਸਪੀਰੀਅੰਸ ਦਿੱਤਾ, ਇਹ ਤਦ ਅੱਜ ਉਹਦੀ ਪੋਜੀਸ਼ਨ 'ਤੇ ਆ ਗਿਆ, ਔਰ ਮੈਂ ਉਹਨਾਂ ਦਾ ਥੈਂਕਸ ਕਰਦਾ, ਉਹਨਾਂ ਦੇ ਫਾਦਰ ਸਾਹਿਬ ਦਾ ਵੀ ਥੈਂਕਸ ਕਰਦਾ ਯੋਗਰਾਜ ਸਿੰਘ ਜੀ ਦਾ। ਔਰ ਉਹ ਜਦੋਂ ਯੋਗਰਾਜ ਸਿੰਘ ਜੀ ਨੇ ਵੀ ਅਭਿਸ਼ੇਕ ਨੂੰ ਹੁੰਦਾ ਸੀ ਵੀ ਜਦੋਂ ਫਰੀ ਹੋ ਜਾਏ ਚੰਡੀਗੜ੍ਹ ਤੂੰ ਮੇਰੇ ਕੋਲ ਆ ਜਾਣਾ ਔਰ ਮੇਰੇ ਕੋਲ ਪ੍ਰੈਕਟਿਸ ਕਰਨੀ ਹੈ। ਉਹਨਾਂ ਨੇ ਮਤਲਬ ਕਿ ਕੋਈ ਵੀ ਇਹਦਾ ਟਾਈਮ ਫਰੀ ਨਹੀਂ ਹੋਣ ਦਿੱਤਾ, ਔਰ ਟਾਈਮ ਟੂ ਟਾਈਮ ਹਰ ਟਾਈਮ ਮੈਨੂੰ ਫੋਨ ਕਰਕੇ ਪੁੱਛਦੇ ਰਹਿੰਦੇ ਸੀ ਵੀ ਕੀ ਤੇਰਾ ਸ਼ਡਿਊਲ ਚੱਲ ਰਿਹਾ, ਕੀ ਹੋਇਆ ਅੱਜ, ਕਿੰਨੀ ਬੈਟਿੰਗ ਕੀਤੀ, ਕਿੰਨੀ ਬੋਲਿੰਗ ਕੀਤੀ, ਔਰ ਉਹਨਾਂ ਦਾ ਬਹੁਤ ਯੋਗਦਾਨ ਆ। ਔਰ ਧੰਨਵਾਦ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ, ਉਹਨਾਂ ਦੇ ਸੈਕਟਰੀ ਸਾਹਿਬ, ਉਹਨਾਂ ਦੇ ਪ੍ਰੈਜ਼ੀਡੈਂਟ, ਔਰ ਜਿੰਨੇ ਸਿਲੈਕਟਰ ਔਰ ਕੋਚਿਸ, ਉਹਨਾਂ ਦਾ ਵੀ ਹੱਥ ਜੋੜ ਕੇ ਥੈਂਕਸ ਕਿ ਉਹਨਾਂ ਦਾ ਵੀ ਯੋਗਦਾਨ ਅਭਿਸ਼ੇਕ ਦੇ ਉੱਤੇ ਬਹੁਤ ਆ, ਔਰ ਉਹਨਾਂ ਨੇ ਬੜਾ ਹੀ ਇਹਨੂੰ ਪਿਆਰ ਕੀਤਾ, ਉਹ ਟਾਈਮ ਟੂ ਟਾਈਮ ਮੈਨੂੰ ਹਰ ਚੀਜ਼ ਸਮਝਾਉਂਦੇ ਰਹੇ। ਔਰ ਸਾਡੇ ਅੰਮ੍ਰਿਤਸਰ ਦੇ ਸਰਦਾਰ ਹਰਵਿੰਦਰ ਸਿੰਘ ਜੀ ਨੇ ਜਿਹੜੇ ਕਿ ਸਾਡੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਡਾਇਰੈਕਟਰ ਨੇ, ਉਹ ਵੀ ਬੜਾ ਧਿਆਨ ਰੱਖਦੇ ਨੇ, ਔਰ ਉਹਨਾਂ ਨੇ ਹਰ ਪਲੇਅਰ ਦੇ ਬਾਰੇ ਇੱਕ ਇੱਕ ਚੀਜ਼ ਦੇ ਬਾਰੇ ਨੇ ਉਹ ਵੀ ਬੜਾ ਧਿਆਨ ਰੱਖਦੇ ਨੇ, ਔਰ ਉਹਨਾਂ ਨੇ ਹਰ ਪਲੇਅਰ ਦੇ ਬਾਰੇ ਇੱਕ ਇੱਕ ਚੀਜ਼ ਦੇ ਬਾਰੇ ਦੇਖਦੇ ਨੇ, ਔਰ ਮੈਨੂੰ ਫੋਨ ਕਰਕੇ ਵੀ ਉਹਨਾਂ ਨੇ ਵਧਾਈ ਦਿੱਤੀ। ਮੈਂ ਉਹਨਾਂ ਦਾ ਵੀ ਥੈਂਕਸ ਕਰਦਾ ਕਿ ਉਹਨਾਂ ਦਾ ਵੀ ਯੋਗਦਾਨ ਬਹੁਤ ਹੈ। ਕਿੰਨੇ ਸਮੇਂ 24 ਘੰਟੇ ਦੇ ਵਿੱਚੋਂ ਇਹਨਾਂ ਨੂੰ ਪ੍ਰੈਕਟਿਸ ਵਾਸਤੇ ਦਿੰਦੇ ਸੀ, ਕਿਹੜਾ ਟਾਈਮ ਸੀ, ਰੈਸਟ ਕਰਦੇ ਕਦੋਂ, ਕਿੰਨਾ ਟਾਈਮ ਗਰਾਊਂਡ ਦੇ ਵਿੱਚ ਗੁਜ਼ਾਰਦੇ ਸੀ? ਜ਼ਿਆਦਾ ਟਾਈਮ ਤਾਂ ਇਹਦਾ ਦੇਖੋ ਜੀ ਗਰਾਊਂਡ 'ਚ ਹੀ ਨਿਕਲਦਾ, ਸਵੇਰੇ 4 ਵਜੇ ਤੋਂ ਲੈ ਕੇ ਰਾਤ ਦੇ 8 ਵੱਜਣ ਦੇ, ਪਰ ਸ਼ਡਿਊਲ ਨਹੀਂ ਖਤਮ ਹੁੰਦਾ, ਔਰ ਲੋਕਾਂ ਨੇ ਪਲੇਅਰ ਹੀ ਦੇਖਿਆ ਪਰ ਪਲੇਅਰ ਦੀ ਪ੍ਰੈਕਟਿਸ ਨਹੀਂ ਦੇਖੀ ਹੋਈ। ਸਵੇਰੇ ਮੈਂ ਤਾਂ ਉਹਨੂੰ ਅਕਸਰ ਮੈਂ ਵੀ ਨਾਲ ਹੀ ਹੁੰਦਾ ਸੀ, ਸਵੇਰੇ 4 ਵਜੇ ਉੱਠ ਕੇ ਪਹਿਲੇ ਉਹਨੇ ਮੈਡੀਟੇਸ਼ਨ ਕਰਨੀ ਹੈ, ਫਿਰ ਉਸ ਤੋਂ ਬਾਅਦ ਉਹਨੇ ਸਾਈਕਲ ਫੜ ਕੇ ਸਾਈਕਲਿੰਗ ਕਰਨ ਜਾਣਾ, ਔਰ ਸਾਈਕਲਿੰਗ ਕਰਕੇ ਫਿਰ ਆ ਕੇ ਸਵਿਮਿੰਗ ਕਰਨੀ, ਫਿਰ ਜਿਮ ਕਰਨਾ, ਫਿਰ ਐਕਸਰਸਾਈਜ਼ ਸਾਰਾ ਕਰਕੇ ਫਿਰ ਨਾਸ਼ਤਾ ਕਰਨਾ,
ਫਿਰ ਨਾਸ਼ਤਾ ਕਰਕੇ 2 ਘੰਟੇ ਰੈਸਟ ਕਰਦਾ ਸੀ, ਫਿਰ ਬੈਟਿੰਗ ਸ਼ੁਰੂ ਹੋ ਜਾਂਦੀ ਸੀ ਇਹਦੀ। ਮਤਲਬ ਸ਼ਡਿਊਲ ਚੱਲਦਾ ਹੀ ਰਹਿੰਦਾ ਸੀ ਸਾਰਾ ਦਿਨ, ਮਤਲਬ ਕਦੀ 3-3 ਘੰਟੇ ਬੈਟਿੰਗ, ਕਦੀ 2-2 ਘੰਟੇ ਬੈਟਿੰਗ, ਫਿਰ ਬੋਲਿੰਗ, ਫਿਰ ਫੀਲਡਿੰਗ। ਇਸ ਤਰ੍ਹਾਂ ਅੰਮ੍ਰਿਤਸਰ ਦੇ ਜਦੋਂ ਅੰਮ੍ਰਿਤਸਰ ਆਉਂਦਾ ਸੀ ਉਦੋਂ ਮੈਂ ਦੇਖਦਾ ਸੀ, ਜਦੋਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਕੋਲ ਚੱਲ ਜਾਂਦਾ ਸੀ ਉਦੋਂ ਸਾਰੇ ਪੰਜਾਬ ਦੇ ਕੋਚਿਜ਼ ਔਰ ਸਿਲੈਕਟਰ ਸਾਰੇ ਉਹਦੇ ਪੰਜਾਬ ਦੇ ਸਾਰੇ ਦੇਖਦੇ ਸੀ। ਫਿਰ ਯੁਵਰਾਜ ਸਿੰਘ ਜੀ ਦੇ ਨਾਲ ਲੱਗ ਜਾਂਦਾ ਸੀ, ਉਹ ਜਦੋਂ ਉਹ ਆਪਣੇ ਕੋਲ ਰੱਖਦੇ ਸੀ ਉਹ ਆਪਣਾ ਸ਼ਡਿਊਲ ਪੂਰਾ ਰੱਖਦੇ ਸੀ। ਉਹਨਾਂ ਨੇ ਤਾਂ ਕਦੀ ਇਹਨੂੰ ਮਾਫ਼ ਹੀ ਨਹੀਂ ਕੀਤਾ ਸ਼ਡਿਊਲ ਦੇ ਵਿੱਚ। ਉਹਨਾਂ ਨੇ ਕਿਹਾ ਵੀ ਮੈਨੂੰ ਬੜੀ ਸਖਤੀ ਰੱਖੀ ਉਹਨਾਂ ਨੇ, ਔਰ ਉਹਨਾਂ ਨੇ ਇੱਕ ਇੱਕ ਚੀਜ਼ ਇਹਦੇ ਬਾਰੇ ਇਹਦੀ ਬਰੀਕੀ ਦੇਖਦੇ ਸੀ। ਉਹ ਰਾਤ ਨੂੰ ਫੋਨ ਕਰਕੇ ਵੀ ਪੁੱਛਦੇ, ਅਗਰ ਬਾਹਰ ਫੋਰਨ 'ਚ ਹੁੰਦੇ ਸੀ ਨਾ ਯੁਵਰਾਜ ਸਿੰਘ ਜੀ, ਇਹਨੂੰ ਫੋਨ ਕਰਕੇ ਪੁੱਛਦੇ ਵੀ ਅੱਜ ਦਾ ਸ਼ਡਿਊਲ ਮੈਨੂੰ ਦਿਖਾ, ਵੀਡੀਓ ਦਿਖਾ ਕਿ ਤੂੰ ਕਿੰਨਾ ਚਿਰ ਬੈਟਿੰਗ ਕੀਤੀ, ਕੀ ਗਲਤੀ ਕੀਤੀ। ਜਦੋਂ ਐਡੇ ਵੱਡੇ ਮਹਾਨ ਪਲੇਅਰ ਅਭਿਸ਼ੇਕ ਨੂੰ ਟ੍ਰੇਨਿੰਗ ਕਰਾਉਣ ਤਾਂ ਉਹ ਨੈਚੁਰਲ ਉਹਦਾ ਰਿਜ਼ਲਟ ਵਧੀਆ ਆਏਗਾ। ਯੁਵਰਾਜ ਸਿੰਘ ਇੱਕ ਵਰਲਡ ਕਲਾਸ ਪਲੇਅਰ ਨੇ ਜਿਨ੍ਹਾਂ ਨੇ ਹਿੰਦੁਸਤਾਨ ਦਾ ਨਾਂ ਉੱਚਾ ਕੀਤਾ, 2 ਵਰਲਡ ਕੱਪ ਜਿਤਾਏ, ਔਰ ਐਡੇ ਵੱਡੇ ਪਲੇਅਰ ਸੀ, ਔਰ ਉਹ ਅਭਿਸ਼ੇਕ ਨੂੰ ਟ੍ਰੇਨਿੰਗ ਕਰਾਉਣ ਤਾਂ ਅਭਿਸ਼ੇਕ ਨੈਚੁਰਲ ਉਹ ਤਾਂ ਰਿਜ਼ਲਟ ਤਾਂ ਅੱਛਾ ਹੀ ਆਏਗਾ। ਬਾਕੀ ਹਰਭਜਨ ਸਿੰਘ ਜੀ ਦਾ ਬਹੁਤ ਯੋਗਦਾਨ ਹੈ ਵੀ ਉਹ ਸਾਡੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੂੰ ਪੂਰਾ ਦੇਖਦੇ ਪਏ ਨੇ, ਔਰ ਬੜੇ ਵੱਡੇ ਪਲੇਅਰ ਨੇ, ਔਰ ਉਹ ਮਹਾਨ ਪਲੇਅਰ ਨੇ। 100 ਟੈਸਟ ਖੇਡਣਾ ਸੌਖੀ ਗੱਲ ਨਹੀਂ ਹੈ, ਉਹਨਾਂ ਦਾ ਬੜਾ ਯੋਗਦਾਨ ਹੈ, ਉਹ ਬੜਾ ਪਿਆਰ ਔਰ ਚੀਰਵਰ ਕਰਦੇ ਨੇ, ਔਰ ਪੰਜਾਬ ਦੇ ਜਿੰਨੇ ਵੀ ਅਪਕਮਿੰਗ ਪਲੇਅਰ ਹੁੰਦੇ ਉਹਨਾਂ ਦਾ ਧਿਆਨ ਰੱਖਦੇ ਨੇ। ਮੈਂ ਉਹਨਾਂ ਦਾ ਵੀ ਥੈਂਕਸ ਕਰਦਾ ਹਾਂ, ਔਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਖਾਸ ਕਰਕੇ ਕਿ ਉਹਨਾਂ ਦਾ ਬੜਾ ਯੋਗਦਾਨ ਹੈ ਇਸ ਪਲੇਅਰਾਂ ਨੂੰ ਅੱਗੇ ਲੈ ਕੇ ਜਾਣ 'ਤੇ, ਸੈਕਟਰੀ ਸਾਹਿਬ ਦਾ, ਪ੍ਰੈਜੀਡੈਂਟ ਸਾਹਿਬ ਦਾ, ਔਰ ਆਲ ਬੋਡੀ ਜਿੰਨੇ ਮੈਂਬਰਸ ਸਭ ਦਾ ਮੈਂ ਥੈਂਕਸ ਕਰਦਾ। ਤਾਂ ਪੜ੍ਹਾਈ 'ਚ ਕਿਸ ਤਰ੍ਹਾਂ ਦੇ? ਅਭਿਸ਼ੇਕ ਪੜ੍ਹਨ 'ਚ ਬਹੁਤ ਇੰਟੈਲੀਜੈਂਟ ਸੀ, ਇਹ ਦਿੱਲੀ ਪਬਲਿਕ ਸਕੂਲ 'ਚ ਪੜ੍ਹਦਾ ਸੀ ਅੰਮ੍ਰਿਤਸਰ, ਔਰ ਪੜ੍ਹਨ 'ਚ ਬਹੁਤ ਇੰਟੈਲੀਜੈਂਟ ਸੀ, ਔਰ ਅਕਸਰ ਜਦੋਂ ਅਸੀਂ ਸਕੂਲ ਜਾਂਦੇ ਸੀ ਅਤੇ ਉਹ ਇਹਦੇ ਸਕੂਲ ਅਤੇ ਬੋਰਡ ਦੇ ਨਾ ਕਲਾਸ 'ਚ ਇਹਦਾ ਨਾਂ ਸਭ ਤੋਂ ਨੰਬਰ 1 ਲਿਖਿਆ ਹੁੰਦਾ ਸੀ, ਅਭਿਸ਼ੇਕ ਨੰਬਰ 1 ਸਟੂਡੈਂਟਸ, ਅਤੇ ਬੜੀ ਖੁਸ਼ੀ ਹੁੰਦੀ ਸੀ। ਸਾਰੇ ਪੇਰੈਂਟਸ ਸਾਡੇ ਕੋਲ ਇਕੱਠੇ ਹੋ ਕੇ ਆ ਜਾਂਦੇ ਸੀ ਵੀ ਭਾਅ ਜੀ ਉਹ ਅਭਿਸ਼ੇਕ ਦੇ ਮੰਮੀ ਪਾਪਾ ਨੂੰ ਮਿਲਣਾ, ਵੀ ਉਹ ਮੁੰਡਾ ਹਰ ਸਾਰੇ ਪ੍ਰਾਈਜ਼ ਲੈ ਜਾਂਦਾ, ਪੜ੍ਹਾਈ 'ਚ ਵੀ ਲੈ ਜਾਂਦਾ ਅਤੇ ਸਪੋਰਟਸ 'ਚ ਵੀ ਲੈ ਜਾਂਦਾ, ਔਰ ਉਦੋਂ ਬੜੀ ਖੁਸ਼ੀ ਹੁੰਦੀ ਸੀ। ਔਰ ਜਿਹੜੀ DPS ਸਕੂਲ ਦੀ ਮੈਨੇਜਮੈਂਟ, ਉਹਨਾਂ ਦੇ ਪ੍ਰਿੰਸੀਪਲ ਸੀ ਉਦੋਂ ਮੈਡਮ, ਅਤੇ ਉਹਨਾਂ ਨੇ ਵੀ ਮੈਨੂੰ ਇਹ ਬੁਲਾ ਕੇ ਕਿਹਾ ਸੀ ਵੀ ਇੱਕ ਦਿਨ ਇਹ ਹਿੰਦੁਸਤਾਨ ਖੇਡੇਗਾ ਤੁਹਾਡਾ ਬੇਟਾ, ਔਰ ਬੜਾ ਯੋਗਦਾਨ ਆ। ਮੇਰੇ ਦੋਸਤ ਸੀ ਆਕਾਸ਼ ਖੰਡੇਵਾਲ, ਔਰ ਉਹਨਾਂ ਦੇ ਡਾਇਰੈਕਟਰ ਨੇ, ਔਰ ਅਜੇ ਮਹੇਸ਼ਵਰੀ DPS ਸਕੂਲ ਦੇ, ਉਹ ਵੀ ਮੇਰੇ ਦੋਸਤ ਨੇ, ਉਹਨਾਂ ਨੇ ਵੀ ਸਾਰਿਆਂ ਨੇ ਬੜਾ ਯੋਗਦਾਨ ਦਿੱਤਾ। ਦਿੱਲੀ ਪਬਲਿਕ ਸਕੂਲ ਦੇ ਸਾਰੇ ਟੀਚਰਸ, ਸਾਰੇ ਮੈਨੇਜਮੈਂਟ, ਸਭ ਨੇ ਅਭਿਸ਼ੇਕ ਨੂੰ ਬਹੁਤ ਪਿਆਰ ਦਿੱਤਾ, ਮੈਂ ਉਹਨਾਂ ਦਾ ਥੈਂਕਸ ਕਰਦਾ।